ਡਾਕਟਰ ਹਰਨੇਕ ਸਿੰਘ ਕਲੇਰ ਦੀ ਕਹਾਣੀ ਨੀਤੀ ਨਾ ਪਾਈ ਧੁੱਕੇਸ਼ਾਈਆ ਸਰਕਾਰ ਦੀ ਇੱਕ ਪਾਸੇ ਅੰਨਦਾਤਾ ਮੰਨਦੀ ਹੈ ਦੁਨੀਆ ਦੂਜੇ ਪਾਸੇ ਸਰਕਾਰੀ ਨੁਮਾਇੰਦੇ ਉਹਨਾਂ ਨੂੰ ਵੱਖ-ਵੱਖ ਨਾਂ ਦੇ ਰਹੇ ਇਹ ਨੀਤੀ ਠੀਕ ਨਹੀਂ ਆਰਤੀ ਸ਼ਰਮਾ ਨੇ ਗੱਲ ਸ਼ੁਰੂ ਕਰਕੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਮੈਂ ਤਾਂ ਆਪਣੇ ਪੋਤੇ ਦੀ ਫੀਸ ਭਰਨ ਸਕੂਲ ਗਿਆ ਸੀ ਮੈਨੂੰ ਲੱਗਿਆ ਮੇਰੇ ਸਿਰ ਤੇ ਹਰੀ ਪੱਗ ਬੰਨੀ ਦੇਖ ਕੇ ਉਹ ਕਿਸਾਨਾਂ ਦੇ ਹੱਕ ਚ ਬੋਲਣ ਲੱਗ ਪਈ ਸੀ ਉਹਦੀ ਗੱਲ ਸੁਣ ਕੇ ਮੇਰੇ ਮੂੰਹ ਵੀ ਸੈਦ ਸੁਭਾ ਨਿਕਲ ਗਿਆ ਖਬਰੇ ਆਪਣੇ ਨਾਗਰਿਕਾਂ ਨਾਲ ਬਦਨੀਤੀ ਕਾ ਤੁ ਕਰ ਰਹੀ ਹੈ ਸਰਕਾਰ ਮੈਂ ਤਾਂ ਹੈਰਾਨ ਆ ਵੀਰ ਜੀ ਜਿਨ੍ਹਾਂ ਨੇ ਕਦੇ ਗਮਲੇ ਚ ਧਨੀਆ ਨਹੀਂ ਬੀਜਿਆ ਉਹ ਕਿਸਾਨਾਂ ਨੂੰ ਖੇਤੀ ਦੇ ਲਾ혜 ਸਮਝਾ ਰਹੇ ਨੇ ਪੂੰਜੀਪਤੀਆਂ ਦਾ ਫਾਇਦਾ ਦੇਖ ਰਹੇ ਨੇ ਜੀ ਮੈਂ ਹਲੀਮੀ ਜੀ ਨਾਲ ਗੱਲ ਖਤਮ ਕਰਨ ਲਈ ਆ ਗਿਆ ਰਾਜ ਤਾਂ ਆਮ ਲੋਕਾਂ ਦੇ ਸਿਰ ਤੇ ਚੱਲਣਾ ਵੀਰ ਜੀ ਕਾਰਪੋਰੇਟ ਬਣਾਉਂਦੇ ਨੇ ਸਰਕਾਰਾਂ ਮੈਡਮ ਨੇ ਮੈਨੂੰ ਸਵਾਲ ਪਾਉਣ ਵਾਂਗੂ ਗਿਆ ਆਮ ਲੋਕ ਬੱਚੇ ਪਾਲਣ ਜਾਂ ਸਰਕਾਰਾਂ ਦੇ ਵੱਲ ਵੈਰ ਸਮਝਣ ਭੈਣ ਜੀ ਆਰਤੀ ਸ਼ਰਮਾ ਦੀਆਂ ਗੱਲਾਂ ਸੁਣ ਕੇ ਮੈਂ ਮਨ ਤੋਂ ਖੁਸ਼ ਸੀ ਕਿ ਸਮਾਜ ਦਾ ਸੁਚੇਤ ਵਰਗ ਵੀ ਕਿਸਾਨਾਂ ਦੇ ਨਾਲ ਖੜਾ ਹੈ ਜਿਉਂਦੇ ਰਹਿਣ ਲਈ ਸੋਚਣਾ ਵੀ ਪਊ ਤੇ ਸਮਝਣਾ ਵੀ ਪਊ ਵੀਰ ਜੀ ਮੈਨੂੰ ਉੱਠਦਿਆਂ ਵੇਖੋ ਨੇ ਜਿਵੇਂ ਮੈਨੂੰ ਸੁਚੇਤ ਕੀਤਾ ਹੋਵੇ ਧੰਨਵਾਦ